ਤਿੰਨ ਸੂਬਿਆਂ ਦੇ ਵਿੱਚ ਬੀਜੇਪੀ ਦੀ ਵੱਡੀ ਜਿੱਤ ਤੋਂ ਬਾਅਦ ਕੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੁੜ ਤੋਂ ਬੀਜੇਪੀ ਦੀ ਸਰਕਾਰ ਪੱਕੀ ਹੈ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਬੀਜੇਪੀ ਬਾਗੂ ਬਾਗ ਹੈ ਕਿਉਂਕਿ ਕੱਲ ਰਾਜਸਥਾਨ ਮਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਦਿਲ ਖੋਲ ਕੇ ਬੀਜੇਪੀ ਨੂੰ ਜਿਤਾ ਦਿੱਤਾ ਇਸ ਵੱਡੀ ਜਿੱਤ ਤੋਂ ਬਾਅਦ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਦੇ ਵਿੱਚ ਹੈਟ੍ਰਿਕ ਮਾਰਨ ਦਾ ਦਾਵਾ ਠੋਕ ਦਿੱਤਾ ਉੱਥੇ ਹੀ ਲੋਕਾਂ ਦੇ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਹੁਣ 24 ਦੇ ਵਿੱਚ ਫੇਰ ਬੀਜੇਪੀ ਦੀ ਸਰਕਾਰ ਬਣੂਗੀ ਕੀ ਬੀਜੇਪੀ ਦੀ ਸਰਕਾਰ ਪੱਕੀ ਹੈ ਕੀ ਕਾਂਗਰਸ ਫੇਰ ਅਸਫਲ ਹੋ ਚੁੱਕੀ ਹੈ ਕੀ ਇੰਡੀਆ ਗੱਠ ਜੋੜ ਦਾ ਜੋਸ਼ ਵੀ ਮੱਠਾ ਪੈ ਜਾਊਗਾ ਕੀ ਹੁਣ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ ਕਾਂਗਰਸ ਦੀ ਝੋਲੀ ਦੇ ਵਿੱਚ ਸਿਰਫ ਤੇਲੰਗਾਨਾ ਰਹਿ ਗਿਆ ਅੱਜ ਮਿਜ਼ੋਰਮ ਦੇ ਚੋਣ ਨਤੀਜੇ ਵੀ ਆ ਗਏ ਨੇ ਉੱਥੇ ਨਾ ਬੀਜੇਪੀ ਨਾ ਕਾਂਗਰਸ ਕਿਸੇ ਨੂੰ ਥਾਂ ਨਹੀਂ ਮਿਲਿਆ ਮੂਵਮੈਂਟ ਨੇ ਉੱਥੇ ਸਰਕਾਰ ਬਣਾਉਣੀ ਹੈ ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹੋਰਾਂ ਤੋਂ ਜਾਣਾਂਗੇ ਬੀਜੇਪੀ ਦੀ ਸਰਕਾਰ ਕਹਿੰਦੇ ਹੁਣ ਪੱਕੀ ਹੈ 2024 ਦੇ ਵਿੱਚ ਕੱਲ ਪੀਐਮ ਮੋਦੀ ਨੇ ਵੀ ਦਾਵਾ ਕਰ ਦਿੱਤਾ ਹੈ ਕਿ ਸਾਡੀ ਹੈਟ੍ਰਿਕ ਹੈ ਹੁਣ ਸੋ ਕੀ ਲੱਗਦਾ ਤੁਹਾਨੂੰ ਕੀ ਸਿਆਸੀ ਸਮੀਕਰਨ ਹੁਣ ਬਦਲਣਗੇ ਇਹ ਤਿੰਨ ਸਟੇਟਾਂ ਦੀਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਆ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਆਪੋਜੀਸ਼ਨ ਹੈ ਡੀਮੋਰੀਲਾਈਜ਼ ਹੋਈ ਹੈ ਜੀ ਡਾਊਨ ਹੋਈ ਹੈ ਉਹ ਉਹਨਾਂ ਦਾ ਉਹ ਹੁਣ ਟੈਂਦੀ ਕਲਾ ਚ ਆ ਗਏ ਆ ਤੇ ਪਰ ਇਹ ਫਿਲਹਾਲ ਕੁਝ ਜ਼ਰੂਰੀ ਨਹੀਂ ਵੀ ਇਹ ਟੈਂਡੀ ਕਲਾ ਲੰਬਾ ਸਮਾਂ ਰਹਿ ਸਕੇ ਜੀ ਤੇ ਇਹ ਕਲੇਮ ਇਹ ਲੋਕ ਹੁਣ ਬਹੁਤੇ ਜਿਹੜੇ ਲਿਬਰਲ ਟਾਈਪ ਦੇ ਬੁੱਧੀਜੀਵੀ ਲੋਕ ਹੈ ਸਾਰੇ ਜਿਹੜੇ ਚਾਹੁੰਦੇ ਸੀ ਵੀ ਹੁਣ ਕਾਂਗਰਸ ਦਾ ਜਾਂ ਇੰਡੀਆ ਦਾ ਜਿਹੜਾ ਜੱਥੇਬੰਦਕ ਆਰਗੇਨਾਈਜੇਸ਼ਨ ਆਪੋਜੀਸ਼ਨ ਦੀ ਬਣੀਆਂ ਉਹ ਜਿੱਤੇ ਉਹ ਵੀ ਸਾਰੇ ਸਾਰੇ ਹੁਣ ਕੇਰਾ ਬੜੇ ਇਸ ਗੱਲ ਤੋਂ ਉਹਨਾਂ ਨੂੰ ਸ਼ੌਕ ਲੱਗਾ ੱਤਕਾ ਲੱਗਾ ਠੀਕ ਹੈ ਕਹਿ ਰਹੇ ਆ ਵੀ ਮੋਦੀ ਹੁਣ ਪੱਕਾ ਹੀ ਆਊਗਾ ਬਹੁਤ ਸਿੱਧਾ ਕਹਿ ਰਹੇ ਪਰ ਪੋਲਿਟਿਕਸ ਵਿੱਚ ਚੇਂਜਸ ਹੋਣ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਹਾਂ ਪਰ ਇਹਦੇ ਵਿੱਚ ਕੁਝ ਇਸ ਰਿਜ਼ਲਟ ਨੇ ਦੋ ਤਿੰਨ ਗੱਲਾਂ ਕਲੀਅਰ ਕਰਤੀਆਂ ਵੀ ਜਿਹੜੀਆਂ ਇਹ ਸਟੇਟਾਂ ਜਿੱਥੇ ਹੈ ਕਿ ਖਾਸ ਕਰਕੇ ਜਿੱਥੇ ਉਮੀਦ ਨਹੀਂ ਸੀ ਆਉਣ ਦੀ ਹਾਂਜੀ ਉਹ ਹੈਗਾ ਸਭ ਤੋਂ ਜ਼ਿਆਦਾ Madhya Pradesh Madhya Pradesh ਜੀ ਹਾਂ Madhya Pradesh ਦੂਸਰਾ ਜਿਹੜਾ ਸੀਗਾ ਉਹ ਉਹ ਹੈਗਾ Rajasthan ਜੀ ਜਿੱਥੇ ਤੇ ਦੂਸਰਾ ਹੈਗਾ Chhattisgarh Chhattisgarh ਤੇ ਤੀਸਰਾ Rajasthan Rajasthan ਤੇ ਤਿੰਨਾਂ ਦੇ ਵਿੱਚ ਜਿਹੜਾ ਜਿੱਤ ਗਿਆ Chhattisgarh ਵਿੱਚ ਤਾਂ ਕਦੇ ਕੋਈ ਸੋਚ ਨਹੀਂ ਸਕਦਾ ਸੀ ਉੱਥੇ ਤਾਂ ਸੋਚ ਰਹੇ ਸੀ ਵੀ ਕਾਂਗਰਸ ਆਊਗੀ ਜੀ ਜੀ ਇੱਥੇ ਮੁਕਾਬਲਾ ਗਿੰਦੇ ਸੀ Rajasthan 'ਚ ਤੇ Madhya Pradesh ਦੇ ਵਿੱਚ ਵੀ ਇਸੇ ਕਿਸਮ ਦੀ ਗੱਲਬਾਤ ਸੀ ਵੀ ਪੰਜਵੀਂ ਵਾਰ ਹੁਣ BJP ਉੱਥੇ ਜਿੱਤੀ ਆ ਜੀ ਇਸ ਕਰਕੇ ਲੋਕ ਕਹਿੰਦੇ ਸੀ ਵੀ ਨਹੀਂ ਹੋਣਾ ਸਕਦੀ ਤੇ ਕੀ ਜੇ ਤੁਸੀਂ ਆਪਣੀ ਮਤਲਬ ਇੱਕ ਇੱਕ ਆਪਾਂ ਮਾਹਿਰਾਂ ਦੀ ਨਜ਼ਰ ਤੋਂ ਦੇਖੀਏ ਮੱਧ ਪ੍ਰਦੇਸ਼ ਦੇ ਵਿੱਚ ਅਜੋਹਾ ਕੀ ਕਰਦੀ ਹੈ ਬੀਜੇਪੀ ਸਰਕਾਰ ਕੇ ਲੋਕ ਵਾਰੀ ਵਾਰੀ ਚੁਣਦੇ ਨੇ ਇਧਰ ਮਾਇਆਵਤੀ ਨੇ ਵੀ ਪ੍ਰਤੀਕਿਰਿਆ ਦਿੱਤੀ ਅੱਜ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਨੇ ਕਿ ਇੱਕ ਤਰਫਾ ਜਿਹੜਾ ਨਤੀਜੇ ਨੇ ਉਹਦੀ ਵਜ੍ਹਾ ਨਾਲ ਸਾਰੇ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ ਸੋ ਕਿਹੜੇ ਸ਼ੱਕ ਦੀ ਗੱਲ ਕਰ ਰਹੇ ਨੇ ਤੇ ਪਹਿਲਾਂ ਮੱਧ ਪ੍ਰਦੇਸ਼ ਵਾਲਾ ਜ਼ਰੂਰ ਜਾਣ ਲਈ ਕਿ ਉੱਥੇ ਇਹੋ ਜਿਹੀ ਕੀ ਕਾਰਨ ਤੁਹਾਨੂੰ ਲੱਗਦੇ ਨੇ ਦੇਖੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਬੀਜੇਪੀ ਦੇ ਕੋਈ ਉਸ ਕਿਸਮ ਦੀ ਬਹੁਤ ਜ਼ਿਆਦਾ ਆਰਗੇਨਾਈਜੇਸ਼ਨ ਜਾਂ ਪਾਰਟੀ ਲੈਵਲ ਤੇ ਪਾਰਟੀ ਲੈਵਲ ਤੇ ਕੋਈ ਹਤੀ ਪਕੜ ਹੈ ਕਿਉਂਕਿ ਸ਼ਿਵਰਾਜ ਚੋਹਾਨ ਤਾਂ ਖੁਦ ਪਾਤਸੇ ਪਾਰਟੀ ਤੋਂ ਜਾਂ ਉਪਰ ਟਾਪ ਪੋਜੀਸ਼ਨ ਤੋਂ ਲਾਹਤਾ ਸੀ ਉਹਨੂੰ ਇਹ ਵੀ ਨਹੀਂ ਤਰਮਝ ਕੀਤਾ ਹਜੇ ਤੱਕ ਉਦੋਂ ਵੀ ਨਹੀਂ ਸੀ ਕੀਤਾ ਵੀ ਅਚੀ ਮੰਿਸਟਰ ਹੋਏਗਾ ਜੇ ਬੀਜੇਪੀ ਜਿੱਤੇਗੀ ਤਾਂ ਹਾਂ ਅਸਲ ਵਿੱਚ ਤਾਂ ਇਹਨਾਂ ਨੇ ਤਿੰਨਾਂ ਸਟੇਟਸ ਦੇ ਵਿੱਚ ਜਿਲੇ ਪੁਰਾਣੇ ਚੀਫ ਮਿਨਿਸਟਰ ਸੀ ਪਹਿਲਾਂ ਵਾਲੇ ਚੀਫ ਮਿਨਿਸਟਰ ਸੀ ਚਲੋ ਇਹ ਤਾਂ ਹਜੇ ਸਿਟਿੰਗ ਹੀ ਸੀਗਾ ਚਾਹ ਚੀਫ ਮਿਨਿਸਟਰ ਸ਼ੇਵਰਾਜ ਹਾਂ ਤੋਂ ਇਲਾਵਾ ਜਿਹੜਾ ਰਮਨ ਸਿੰਘ ਸੀ ਛਤੀਸਗੜ ਦਾ ਜਾਂ ਵਿਜੇ ਰਾਜੇ ਸਿੰਧੀ ਆ ਸੀ ਇੱਥੇ ਰਾਜਸਥਾਨ ਚ ਤੇ ਇਹਨਾਂ ਨੂੰ ਇਹਨਾਂ ਨੂੰ ਪਾਸੇ ਸਾਈਡ ਲਾਈਨ ਹੀ ਕੀਤੀ ਰੱਖਿਆ ਤੇ ਉਹ तकरीबन ਸਾਈਡ ਲਾਈਨ ਹੋਏ ਹੋਏ ਸੀ ਤੇ ਜੇ ਇਲੈਕਸ਼ਨ ਜਿੱਤੇ ਹੈ ਜੇ ਲੋਕ ਇਸੇ ਕਰਕੇ ਕਹਿੰਦੇ ਵੀ ਮੋਦੀ ਆਏਗਾ ਕਿਉਂਕਿ ਮੋਦੀ ਦੇ ਨਾਂ ਤੇ ਇਲੈਕਸ਼ਨ ਜਿੱਤੇ ਹੈ ਇਹ ਮੋਦੀ ਹੋਈ ਲੜਿਆ ਜੀ ਹਾਂ ਤੇ ਸੈਂਟਰ ਤੋਂ ਹੀ ਬਹੁਤੇ ਕੈਂਡੀਡੇਟਾਂ ਦਾ ਫੈਸਲਾ ਹੋਇਆ ਜਿਹੜੇ ਜੀ ਜੀਪੀ ਦੇ ਕੈਂਡੀਡੇਟਾਂ ਦਾ ਸਾਰਾ ਕੁਝ ਸੈਂਟਰ ਤੋਂ ਚੱਲਿਆ ਤੇ ਅਸਲ ਮੋਦੀ ਦੇ ਨਾਂ ਦੇ ਉੱਤੇ ਇਲੈਕਸ਼ਨ ਲੜੀ ਗਈ ਹੈ ਜੀ ਯਾਨੀ ਕਿ ਮਤਲਬ ਵੀ ਮੋਦੀ ਮੋਦੀ ਜੀ ਦੇ ਨਾਮ ਦਾ ਸਿੱਕਾ ਹਲੇ ਵੀ ਚੱਲਦਾ ਹੈ ਆ ਉਹ ਚੱਲਦਾ ਹੈ ਵੀ ਬੀਜੇਪੀ ਇਹ ਲੱਗ ਰਿਹਾ ਹੈ ਵੀ ਬੀਜੇਪੀ ਦਾ ਜਿਹੜਾ ਹਿੰਦੂਤਵਾ ਉਹ ਕਾਫੀ ਡਾਊਨ ਥੱਲੇ ਤੱਕ ਚਲਾ ਗਿਆ ਇੱਕ ਤਾਂ ਇਹ ਫੈਕਟਰ ਵੀ ਹੈ ਅੱਛਾ ਕੋਟਕ ਥੱਲੇ ਤੱਕ ਚਲਾ ਗਿਆ ਸੈਕੰਡ ਫੈਕਟਰ ਇਹ ਵੀ ਹੈ ਕਿ ਲੋਕ ਸ਼ੱਕ ਕਰਦੇ ਆ ਇਲੈਕਸ਼ਨ ਕਮਿਸ਼ਨ ਤੇ ਵੀ ਥੋੜੀ ਜਿਹੀ ਉਂਗਲ ਉਠਾਉਂਦੇ ਆ ਵੀ ਫੇਅਰ ਤੇ ਫੇਅਰ ਤੇ ਫ੍ਰੀ ਤਾਂ ਫੇਅਰ ਇਲੈਕਸ਼ਨ ਨਹੀਂ ਜੀ ਇਹ ਕਿਉਂ ਉੱਠਦਾ ਵਾ ਜਸਵੰਤ ਸਿੰਘ ਇਹ ਕਿਉਂ ਉੱਠਦਾ ਕੀ ਕਾਰਨ ਹੋ ਸਕਦੇ ਨੇ ਇਹ ਕਾਰਨ ਇਹ ਵੀ ਕਾਰਨ ਇਹ ਵੀ ਜਿਹੜੀ ਸੈਂਟਰਲ ਵੱਡੀ ਸੀਨੀਅਰ ਬਿਊਰੋਕ੍ਰੇਸੀ ਆ ਸਾਰੀ ਕਾਫੀ ਦੇਰ ਦੀ ਭਾਜਪਾ ਨਾਲ ਜੁੜੀ ਹੋਈ ਆ ਮੱਧ ਪ੍ਰਦੇਸ਼ ਖਾਸ ਕਰਕੇ ਬਾਕੀ ਦੂਜੇ ਸਟੇਟਾਂ 'ਚ ਵੀ ਜੁੜੀ ਹੋਈ ਆ ਤੇ ਉਹ ਉਹਦਾ ਸਾਰਾ ਕੰਟਰੋਲ ਦਿੱਲੀ 'ਚ ਹੀ ਆ ਜਿਹੜੇ ਆਈਐਸ ਜਿਹੜੇ ਹੈ ਆਈਪੀਐਸ ਹੈ ਤੇ ਜਿਹੜੀ ਸੀਨੀਅਰ ਬਿਊਰੋਕਰੇਟਸ ਹੁੰਦੇ ਆ ਉਹ ਉਹਨਾਂ ਨੇ ਮੱਧ ਪ੍ਰਦੇਸ਼ ਤੇ ਕਿਹਾ ਜਾ ਰਿਹਾ ਵੀ ਉਹਨਾਂ ਨੇ ਉੱਪਰ ਤੋਂ ਲੈ ਕੇ ਥੱਲੇ ਪਟਵਾਰੀ ਤੱਕ ਸਾਰੇ ਜਿਹੜੇ ਸਾਰੀ ਜਿਹੜੀ ਬਿਊਰੋਕ੍ਰੇਸੀ ਸੀ ਜਾਂ ਜਿਹੜਾ ਸਾਰਾ ਪ੍ਰਸ਼ਾਸਨ ਸੀ ਉਸ ਨੂੰ ਉਹਨਾਂ ਨੇ ਲਾਈਨ ਅਪ ਕਰਤਾ ਸੀ ਜੇ ਤੁਸੀਂ ਇਸ ਲਾਈਨ ਤੇ ਬੜਾ ਇਹ ਵੀ ਸਾਰਾ ਕਾਫੀ ਵੱਡਾ ਫਰਕ ਸਮਝਿਆ ਜਾਂਦਾ ਤੇ ਇਹ ਇੱਕ ਇਹ ਦੂਸਰੀ ਗੱਲ ਜਿਹੜੀ ਸਾਰੀ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ ਤੇ ਬਹੁਤੀ ਗੱਲ ਨਹੀਂ ਕਰਦੇ ਉਹ ਇਹ ਹੈ ਵੀ ਛੱਤੀਸਗੜ ਦੇ ਵਿੱਚ ਸ਼ੰਕਰ ਸ਼ੰਕਰ ਬਗੇਲ ਬਗੇਲ ਜਿਹੜਾ ਬਗੇਲ ਉਹ ਜਿਹੜਾ ਪੀਛੇ ਮਿਨਿਸਟਰ ਸੀ ਜੀ ਜੀ ਤੇ ਤੇ ਇਧਰ ਜਿਹੜਾ ਲੜ ਰਿਹਾ ਸੀ ਕਾਂਗਰਸ ਦਾ ਕੈਂਡੀਡੇਟ ਮਧਿਆ ਪ੍ਰਦੇਸ਼ ਵਿੱਚ ਕਮਲਨਾਥ ਜੀ ਜੀ ਇਹ ਸਾਰੇ ਸੌਫਟ ਹਿੰਦੂਤਵਾ ਜੀ ਜਾਂ ਜਿਹੜਾ ਹਿੰਦੂ ਹਿੰਦੂਤਵਾਦਾ ਜਿਹੜਾ ਇਹ ਉਹ ਸਾਰਾ ਘੇਰਾ ਉਸੇ ਦੇ ਅੰਦਰ ਹੀ ਇਹ ਹਿੰਦੂਤਵਾ ਦੇ ਲੈਵਲ ਤੇ ਹੀ ਲੜੇ ਆ ਇਹ ਸੈਕੂਲਰ ਲੈਵਲ ਤੇ ਹੀ ਲੜੇ ਜਿਹੜਾ ਰਾਹੁਲ ਗਾਂਧੀ ਜੀ ਦੀ ਦੀ ਗੱਲਬਾਤ ਕਰਦਾ ਕਿ ਉਹ ਹੀ ਹਿੰਦੂ ਲਾਈਨਾਂ ਤੇ ਲੜੇ ਆ ਇਲੈਕਸ਼ਨ ਤੇ ਫਿਰ ਜਦੋਂ ਇਹ ਹਿੰਦੂ ਹਿੰਦੂਤਵਾ ਤੇ ਇਲੈਕਸ਼ਨ ਲੜਦੇ ਆ ਫਿਰ ਸਭ ਤੋਂ ਵੱਡਾ ਜਿਹੜਾ ਜਿਹੜਾ ਹਿੰਦੂਤਵਾ ਦਾ ਪੈਰੋਕਾਰ ਹੈ ਉਹ ਤਾਂ ਭਾਜਪਾ ਹੈ ਜੀ 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 ਉਹਨੂੰ 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 ਕਿਵੇਂ ਮਾਤ ਪਾ ਕਰ ਸਕਦੇ ਸੀ ਜੀ ਵੱਖਰਾ ਇਹਨਾਂ ਨੇ ਲੈਣ ਨਹੀਂ ਪੋਲੀਟੀਕਲ ਲੈਣ ਆ ਕੋ ਹੋਰ ਲਈ ਇਹ ਤਾਂ ਸਾਰੇ ਉਸੇ ਲਾਈਨ ਤੇ ਆ ਕਮਲਨਾਥ ਤੇ ਤਾਂ ਪਹਿਲਾਂ ਵੀ ਇਹ ਦੋਸ਼ ਲੱਗਣ ਲੱਗੇ ਸੀ ਵੀ ਇਹ ਉਹੀ ਲੈਣ ਪਲੇ ਕਰ ਰਿਹਾ ਜਿਹੜੀ ਹਿੰਦੂਤਵ ਵਾਲੀ ਪਹਿਲੀ ਲਾਈਨ ਸੀ ਜੀ ਯਾਨੀ ਕਿ ਮਤਲਬ ਗਲਤੀ ਖਾ ਗਏ ਭੁਪੇਸ਼ ਭਗੇਲ ਜਾਂ ਫਿਰ ਕਮਲਨਾਥ ਕਮਲਨਾਥ ਇਹਨਾਂ ਨੇ ਤਾਂ ਓਪਨ ਕੀਤਾ ਇਹਦੇ ਬਾਰੇ ਤਾਂ ਹੁਣ ਸਾਰਾ ਪ੍ਰੈਸ ਚ ਆ ਰਿਹਾ ਜੀ ਇਹਨਾਂ ਦੀਆਂ ਸਾਰੀਆਂ ਪਾਲਿਸੀਆਂ ਹਿੰਦੂਤਵ ਵਾਲੀਆਂ ਸੀ ਇਹਨਾਂ ਨੇ ਇਹ ਸੋਚਿਆ ਵੀ ਬਹੁਮਤ ਇੱਥੇ ਹਿੰਦੂ ਵੋਟਰ ਹੈ ਤੇ ਹਿੰਦੂ ਕਾਫੀ ਹੱਦ ਤੱਕ ਇਸ ਹਿੰਦੂ ਭਾਵਨਾ ਨਾਲ ਹਿੰਦੂ ਪਰਸੈਪਸ਼ਨ ਨਾਲ ਜੁੜਿਆ ਹੋਇਆ ਤੇ ਇਸ ਕਰਕੇ ਅਸੀਂ ਇਹ ਨਾ ਕਿਤੇ ਨਾਰਾਜ਼ ਹੋ ਜਾਣ ਉਹਨਾਂ ਲੈਣਾ ਤੇ ਹੀ ਕੈਂਪੇਨ ਕਰਦੇ ਰਹੇ ਜੀ 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 ਪਰ ਪਰ ਜ਼ਿਆਦਾਤਰ ਬੀਜੇਪੀ ਦੀਆਂ ਜਿਹੜੀਆਂ ਹਿੰਦੂਤਵਾ ਦੀਆਂ ਰੂਟਸ ਨੇ ਤੁਸੀਂ ਤੁਹਾਡੇ ਮੁਤਾਬਿਕ ਉਹ ਬੀਜੇਪੀ ਦੇ ਨਾਲ ਜੁੜ ਚੁੱਕੀਆਂ ਨੇ ਇਸ ਇਸ ਸਮੇਂ ਉਹ ਜੁੜੀਆਂ ਤੇ ਨਾਲੇ ਕਲੀਅਰ ਹੈ ਵੀ ਉਹ ਤਾਂ ਵੱਡਾ ਚੈਂਪੀਅਨ ਹੈ ਉਹਨੂੰ ਕਿਵੇਂ ਮਾਤ ਪਾ ਦੇਓਗੇ ਉਸ ਦੇ ਉਹਦੇ ਖੇਤਰ 'ਚ ਜਾ ਕੇ ਤੁਸੀਂ ਉਸ ਨੂੰ ਮਾਤ ਕਿਵੇਂ ਪਾ ਦੇਓਗੇ ਉਹਦੇ ਅਖਾੜੇ 'ਚ ਜਾ ਕੇ ਇਹ ਅਖਾੜਾ ਤਾਂ ਹੁਣ ਉਹਦੇ ਕੋਲੇ ਆ ਗਿਆ ਹੈ ਨਾ ਜੀ ਜੀ ਬਿਲਕੁਲ ਬਿਲਕੁਲ ਸੋ 2024 ਦੇ ਵਿੱਚ ਹੁਣ ਕੀ ਸਮਝਿਆ ਜਾਵੇ ਇੰਡੀਆ ਗੱਠ ਜੋੜ ਵੀ ਹੈਗੇ ਪਰਸੋਂ ਇਹਨਾਂ ਦੀ ਮੀਟਿੰਗ ਵੀ ਹੋ ਰਹੀ ਹੈ ਇੰਡੀਆ ਹਾਂ ਇੰਡੀਆ ਗੱਠ ਜੋੜ ਨੂੰ ਹੁਣ ਮਜ਼ਬੂਤ ਹੋਣਾ ਪਊ ਮਜ਼ਬੂਤ ਹੋ ਵੀ ਜਾਣਗੇ ਇੱਕ ਇਹ ਵੀ ਵਿਚਾਰ ਸਰਕਲਾਂ 'ਚ ਚੱਲ ਰਿਹਾ ਸਿਆਸੀ ਸਰਕਲਾਂ 'ਚ ਬਈ ਕਾਂਗਰਸ ਹੁਣ ਥੱਲੇ ਆਏਗੀ ਕਿਤੇ ਬਿੱਗ ਬ੍ਰਦਰ ਦੇ ਲੈਵਲ ਤੇ ਵੱਡੇ ਭਰਾ ਦੇ ਲੈਵਲ ਤੇ ਡਿਕਟੇਟ ਨਹੀਂ ਕਰੂਗੀ ਅੰਡੀਆ ਇੰਡੀਆ ਦੀ ਜਿਹੜੀ اپੋਜੀਸ਼ਨ ਦਾ ਸੰਗਠਨ ਹੈ ਉਸ ਨੂੰ ਡਿਕਟੇਟ ਨਹੀਂ ਕਰੂਗੀ ਉਹਦੇ 'ਚ ਕੋਈ ਤੱਕਾ ਨਹੀਂ ਕਰੂਗੀ ਕਿਉਂਕਿ ਕਾਂਗਰਸ ਵੀ ਹਜੇ ਤੱਕ ਜਿਹੜੇ ਰਾਹੁਲ ਜਾਂ ਉੱਪਰਲੀ ਛੱਡ ਕੇ ਤੇ ਹੋਰ ਥੱਲੇ ਵਾਲੇ ਬੰਦੇ ਉਹੀ ਆ ਪੁਰਾਣੇ ਜਿਨ੍ਹਾਂ ਦਾ ਜਿਹੜੇ ਜਿਹੜੇ ਅੱਗੇ ਕਾਫੀ ਵੱਡੇ ਰੂਲਰ ਰਹੇ ਆ ਤੇ ਉਹ ਵੀ ਤੱਕਾ ਕਰਦੇ ਆ ਜੀ ਬਿਲਕੁਲ ਯਾਨੀ ਕਿ ਪੈਂਤੜਾ ਹੁਣ ਬਦਲਣਾ ਪੈਣਾ ਕਾਂਗਰਸ ਨੂੰ ਤੇ ਕਾਂਗਰਸ ਨੂੰ ਪੈਂਤੜਾ ਬਦਲਣਾ ਪੈਣਾ ਇੱਕ ਇੱਕ ਗੱਲ ਹੋਰ ਕਲੀਅਰ ਹੋ ਗਈ ਵੀ ਤਲंगाना ਕਾਂਗਰਸ ਕੋਲੇ ਜਾਣ ਕਰਕੇ ਜਿਵੇਂ ਲੱਗ ਰਿਹਾ ਵੀ ਸਾਊਥ ਤੇ ਨੌਰਸ ਦਾ ਆਪਸ ਵਿੱਚ ਹੀ ਡਿਵਾਈਡ ਹੋ ਗਿਆ ਦੋ 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 ਇਸੇ ਹੋ ਗਿਆ ਆਲਮੋਸਟ ਉਧਰ ਉਹਦੀ ਫਾਲਤ ਹੋਈ ਸਾਰੇ ਬੀਜੇਪੀ ਦੀ ਬੀਜੇਪੀ ਚ ਉਹ ਹਿੰਦੂਤਵਾਤੇ ਜਿਹੜਾ ਉਹ ਉਹਨਾਂ ਨੇ ਹਨੂਮਾਨ ਤੇ ਉਹ ਸਾਰੀ ਗੱਲ ਕੀਤੀ ਸੀ ਚੱਲੀ ਨਹੀਂ ਉੱਥੇ ਜੀ 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 ਤੇ ਅੱਜ ਮਿਜ਼ੋਰਮ ਦੇ ਵੀ ਆ ਰਹੇ ਨੇ ਉੱਥੇ ਵੀ ਜਿਹੜਾ ਨੈਸ਼ਨਲ ਫਰੰਟ ਹੈ ਮੀਜ਼ੋ ਦਾ ਉਹੀ ਜ਼ਿਆਦਾ ਜਾ ਰਿਹਾ ਬਾਕੀ ਹਾਂਜੀ ਤੇ ਜ਼ਿਆਦਾ ਕਾਂਗਰਸ ਇੱਕ ਹੈ ਭਾਜੀਪੀ ਤਾਂ ਉੱਥੇ ਹੈ ਹੀ ਨਹੀਂ ਭਾਜੀਪੀ ਤਾਂ ਉੱਥੇ ਹੈ ਨਹੀਂ ਜੀ ਜੀ ਕਿਉਂਕਿ ਉਹ ਉਥੋਂ ਦੀ ਤਾਂ ਜਿਹੜੀ ਜ਼ੋਰਮ ਪੋਲੀਟੀਕਲ ਪਾਰਟੀ ਹੈ ਪੋਲੀਟੀਕਲ ਮੂਵਮੈਂਟ ਹੈ ਉਹਨੂੰ ਕਹਿੰਦੇ ਮੂਵਮੈਂਟ ਹੈ ਬਿਲਕੁਲ ਜੀ ਤੇ ਉਹ ਸਾਰੇ ਉਥੋਂ ਦੇ ਲੋਕਲ ਬੰਦਿਆਂ ਦੀ ਲੋਕਲ ਪਾਰਟੀ ਕਰਦੇ ਉਥੇ ਭਾਜਪੀ ਨੇੜੇ ਤੇੜੇ ਨਹੀਂ ਆ ਸਕਦੀ ਬਿਲਕੁਲ ਬਿਲਕੁਲ ਸੋ ਸੋ ਪੰਜਾਬ ਦੀ ਜੇ ਆਪਾਂ ਗੱਲ ਕਰ ਲਈਏ 24 ਦੇ ਵਿੱਚ ਹੁਣ ਪੰਜਾਬ ਦੇ ਵਿੱਚ ਵੀ ਸਿਆਸਤ ਹੁਣ ਭਖਦੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਤਾਂ ਦੂਜੇ ਤੀਜੇ ਦਿਨ ਹੀ ਆਏ ਰਹਿੰਦੇ ਨੇ ਪਰ ਆਮ ਆਦਮੀ ਪਾਰਟੀ ਦਾ ਜਿਵੇਂ ਬਿਲਕੁਲ ਹੀ ਸਫਾਇਆ ਹੋ ਗਿਆ ਤੇ ਇੱਕ ਸੂਬੇ ਦੇ ਵਿੱਚ ਤਾਂ ਇੱਕ ਵੀ ਵੋਟ ਨਹੀਂ ਪਈ ਹੈਗੀ ਜੋ ਅੰਕੜੇ ਸਾਹਮਣੇ ਆਏ ਨੇ ਜਿਹੜਾ ਹੁਣ ਰਿਜ਼ਲਟ ਆਏ ਨੇ ਉਹਨਾਂ ਦਾ ਕੀ ਨਗਰ ਨਿਗਮ ਚੋਣਾਂ ਜਾਂ ਫਿਰ ਪੰਚਾਇਤੀ ਚੋਣਾਂ ਤੇ ਉਹਦੇ ਬਾਅਦ ਲੋਕ ਸਭਾ ਚੋਣਾਂ ਪੰਜਾਬ 'ਚ ਕੀ ਅਸਰ ਪਾਊਗਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਬਹੁਤ ਵੱਖਰੀ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਈਂਡ ਹੈ ਉਹ ਬਹੁਤ ਹੀ ਵੱਖਰਾ ਹੈ ਉਹ ਤਾਂ ਬਿਲਕੁਲ ਵੱਖਰਾ ਹੈਗਾ ਹੀ ਅਸੀਂ ਕਹਿ ਸਕਦੇ ਆ ਵੀ ਤੁਸੀਂ ਭਗਵੰਤ ਮਾਨ ਜਿਹੜਾ ਚੀਫ ਮਿੰਿਸਟਰ ਹੈ ਉਸਨੇ ਆਪ ਦੀ ਲੋਕ ਸਭਾ ਵਾਲੀ ਸੀਟ ਖਾਲੀ ਕੀਤੀ ਤੇ ਉੱਥੇ ਆ ਆ ਆ ਆਮ ਆਦਮੀ ਪਾਰਟੀ ਦਾ ਹੀ ਕੈਂਡੀਡੇਟ ਹਾਰ ਗਿਆ ਜੀ ਜੀ ਤੇ ਇਹ ਤੂੰ 6 ਮਹੀਨਿਆਂ ਚ ਲੋਕਾਂ ਨੇ ਇਸ ਨੂੰ ਰਿਜੈਕਟ ਕਰਤਾ ਸੀ ਸਾਰਾ ਇੱਕ ਤਰੀਕੇ ਨਾਲ ਜੀ ਜੀ ਤੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਐਕਸਪੈਂਸ਼ਨ ਹੈ ਵਿਸਥਾਰ ਹੈ ਉਹ ਤਾਂ ਰੁਕ ਹੀ ਗਿਆ ਜੀ ਪਰ ਜਲੰਧਰ ਦੇ ਵਿੱਚ ਫੇਰ ਜਿਤਾਤਾ ਸੀਗਾ ਇੱਥੇ ਲੋਕਾਂ ਜਲੰਧਰ ਦੇ ਵਿੱਚ ਫੇਰ ਉਹ ਮੈਨੇਜ ਕੀਤਾ ਵੀ ਕਿਥੇ ਅਸੀਂ ਇੱਥੇ ਇਲੈਕਸ਼ਨ ਕਰਨੀਆਂ ਤੇ ਕੋਈ ਨਾ ਕੋਈ ਥੱਲੇ ਤੱਕ ਮੈਨੇਜ ਕੀਤੇ ਉੱਥੇ ਜੋਰ ਸ਼ੋਰ ਨਾਲ ਮੈਨੇਜ ਕੀਤਾ ਜੇ ਸਰਕਾਰ ਜੇ ਤੁਹਾਡੇ ਕੋਲੇ ਹੋਵੇ ਤੇ ਤੁਸੀਂ ਕਈ ਬੰਦੋਬਸਤ ਕਰ ਲੈਂਦੇ ਬਿਲਕੁਲ ਸੰਗਰੂਰ ਚ ਟਪਲਾ ਖਾ ਗਏ ਉੱਥੇ ਕਿਸੇ ਨੂੰ ਆਸ ਹੀ ਨਹੀਂ ਸੀ ਕਿ ਮਾਨਸਬ ਉਹ ਸੀ ਕਿ ਇਹਨਾਂ ਨੂੰ ਹਜੇ ਬੀਸੀ ਅਸੀਂ 92 ਸੀਟਾਂ ਲੈ ਕੇ ਗਏ ਆ 92 ਐਮਐਲਏ ਜਿਤਾਏ ਆ ਤੇ ਅਸੀਂ ਸਾਨੂੰ ਕੀ ਆ ਸਾਡੀ ਤਾਂ ਹਜੇ ਬਹੁਤ ਜ਼ਿਆਦਾ ਪਪੂਲੈਰਿਟੀ ਹੈ ਕਿ ਅਸੀਂ ਆਪਣੇ ਆਪ ਜਿੱਤ ਜਾਾਂਗੇ ਉੱਥੇ ਟਪਲਾ ਖਾ ਗਏ ਸੀ ਫਿਰ ਇੱਥੇ ਇਹਨਾਂ ਨੇ ਸਪੈਸ਼ਲ ਜ਼ੋਰ ਲਾਇਆ ਤੇ ਸਾਰੀ ਬਿਊਰੋਕ੍ਰੇਸੀ ਹੋ ਅਫਸਰशाही ਸਭ ਕੁਝ ਇਹਨਾਂ ਨੇ ਇੱਥੇ ਝੋਕਤਾ ਸੀ ਇਸ ਕਰਕੇ ਉਹ ਜਿੱਤ ਗਏ ਤੇ ਪਰ ਇਹ ਸਾਰੀ ਗੱਲ ਆਉਣ ਆਲੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ 24 ਵਾਲੀਆਂ ਉਹਦੇ ਚ ਕਰ ਨਹੀਂ ਸਕਣਗੇ ਜੀ ਉਹ ਕਿਉਂਕਿ ਉਦੋਂ ਫਿਰ 13 ਸੀਟਾਂ ਹੁੰਦੀਆਂ ਤੇ ਕੰਟੈਂਡਰ ਵੀ ਦੂਜੇ ਆ ਜਾਂਦੇ ਆ ਸਾਰੇ ਹਾਂਜੀ ਜੀ ਜੀ ਕਰਕੇ ਬਾਕੀ ਇੱਕ ਗੱਲ ਜ਼ਰੂਰ ਆ ਵੀ ਇਹਦਾ ਵਿਸਥਾਰ ਰੁਕਿਆ ਪਿਆ ਦਿੱਲੀ ਚ ਉਹਨਾਂ ਨੇ ਬੀਜੇਪੀ ਨੇ ਹਜੇ ਰੈਣਾ ਪਾਵਰ ਚ ਉਹਨਾਂ ਨੇ ਇਸ ਤਰੀਕੇ ਨਾਲ ਕੇਜਰੀਵਾਲ ਨੂੰ ਫਸਾ ਛੱਡਿਆ ਤੇ ਉਹਦਾ ਉਹਦਾ ਮੁੜ ਕੇ ਪਾਰਟੀ ਦੇ ਰੂਪ ਵਿੱਚ ਕੰਮ ਕਰਨਾ ਕਾਫੀ ਮੁਸ਼ਕਲ ਹੈ ਇੱਥੇ ਵੀ ਪੰਜਾਬ ਚ ਵੀ ਇਸ ਕਿਸਮ ਦਾ ਲੱਗ ਰਿਹਾ ਹੈ ਭਗਵੰਤ ਮਾਨ ਤਾਂ ਚਲੋ ਉਹਦੇ ਕੋਲ ਬਹੁਤ ਵੱਡੀ ਬਹੁਮਤ ਚੱਲਦਾ ਰਹੇਗਾ ਜੀ ਜੀ ਇਸ ਤੋਂ ਪਿੱਛੇ ਪਾਰਟੀ ਦਾ ਕੀ ਬਣੇਗਾ ਬਹੁਤੇ ਲੋਕ ਕਹਿੰਦੇ ਪਾਰਟੀ ਦੀ ਹੀ ਸਭ ਭੁਲੇਟੀ ਜਾਏਗੀ ਕਿਉਂਕਿ ਤਾਂ ਇਹਦੀ ਆਰਗੇਨਾਈਜੇਸ਼ਨ ਹੈ ਨਹੀਂ ਪਾਰਟੀ ਦੀ ਜਿਲ੍ਹੇ ਲੇਲ ਪੱਧਰ ਦੀ ਇਕਾਈਆਂ ਨਹੀਂ ਥੱਲੇ ਛੋਟੇ ਲੈਵਲ ਦੀਆਂ ਇਕਾਈਆਂ ਹੈ ਨਹੀਂ ਤੇ ਇਸ ਕਰਕੇ ਦੋ ਐਕਸਪੈਂਸ਼ਨ ਵੀ ਰੁਕ ਗਈਆਂ ਇਕਾਈਆਂ ਵੀ ਹੈ ਨਹੀਂ ਪਰ ਪਰ ਆਮ ਆਦਮੀ ਪਾਰਟੀ ਤੋਂ ਬਿਨਾ ਜੇ ਪੰਜਾਬ 'ਚ ਆਪਾਂ ਦੇਖ ਲਈਏ ਇਸ ਵਕਤ ਕੌਣ ਮਤਲਬ ਕੌਣ ਕੌਣ ਪਾਵਰਫੁਲ ਹੋ ਸਕਦਾ ਹੈ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਆਮ ਆਦਮੀ ਪਾਰਟੀ ਦੇ ਮੁਕਾਬਲੇ ਪੰਜਾਬੀ ਅਕਾਲੀ ਦਲ ਦਾ ਸਨਾਰੀਓ ਇਹ ਲੱਗਦਾ ਵੀ ਹੁਣ ਉਹ ਬੀਜੇਪੀ ਨਾਲ ਓਪਨ ਚਲੇ ਜਾਣਗੇ ਇਹ ਲੱਗ ਰਿਹਾ ਹੈ ਜੀ ਤੇ ਜਿੱਥੋਂ ਤੱਕ ਇਹਦਾ ਸਵਾਲ ਹੈ ਕਾਂਗਰਸ ਆ ਜਿਹੜੀ ਪਾਰਟੀ ਉਹ ਕਾਂਗਰਸ ਦਾ ਹਜੇ ਵੀ ਕਲਾਊਡ ਹੈ ਕਾਂਗਰਸ ਨੇ ਬੱਤੀ ਪਾਰਟੀ ਬਣੂਗੀ ਜਾਂ ਬਣ ਸਕਦੀ ਹੈ ਇਹ ਤਾਂ ਚਲੋ ਟਾਈਮ ਦੱਸੇਗਾ ਪਰ ਉਹਦੇ ਵਿੱਚ ਪੋਟੈਂਸ਼ੀਅਲ ਹੈਗਾ ਜਾਨੀ ਕਿ ਸੱਤਾ ਧਿਰ ਦੇ ਲਈ ਚੈਲੰਜ ਵੱਡਾ ਚੈਲੰਜ ਵੱਡਾ ਚੈਲੰਜ ਇਹਨਾਂ ਲਈ ਹੈਗਾ ਜੀ ਤੇ ਇਸ ਕਰਕੇ ਇਹ ਠੀਕ ਆ ਵੀ ਜਿਹੜੀ ਪੰਜਾਬ ਦੀ ਪੰਜਾਬ ਦਾ ਯੂਨਿਟ ਹੈ ਉਹਦੇ ਵਿੱਚ ਉਹੀ ਪੁਰਾਣੇ ਬੰਦੇ ਆ ਜਿਹਦੇ ਵਿੱਚ ਕੋਈ ਨਵੀਂ ਤਬਦੀਲੀ ਜੇ ਕਰ ਲੈਣਗੇ ਤਾਂ ਨਵਾਂ ਕੁਝ ਨਵੀਂ ਚੁਆਇਸ ਕਰ ਲੈਣਗੇ ਤਾਂ ਉਹਦੇ ਨਾਲ ਸ਼ਾਇਦ ਬੱਡਾ ਲੰਬਾ ਛੋੜਾ ਫਰਕ ਪੈ ਜੇ ਹੁਣ ਦੋ ਤਿੰਨ ਗੱਲਾਂ ਕਲੀਅਰ ਹੋ ਗਈਆਂ ਵੀ ਇੱਕ OBC ਹੈ ਜਿਹੜਾ ਕਾਸਟ ਸੈਂਸਸ ਦਾ ਜਿਹੜਾ ਰੌਲਾ ਰੌਲ ਗੰਦੀ ਮੇ ਅਤੇ ਹੋਰ ਸਾਰਿਆਂ ਨੇ ਬਹੁਤ ਪਾਇਆ ਸੀ ਵੀ ਅਸਿਕਾ ਕਾਲਸ ਸੈਂਸਰ ਦੇ ਹੱਕ 'ਚ ਹੈ ਉਹਦਾ ਜਿਹੜੀਆਂ ਹਿੰਦੀ ਹਾਰਟਲੈਂਡ ਹੈ ਖਾਸ ਕਰਕੇ ਉਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਠੀਕ ਹੈ ਜਿਹੜੇ ਰਾਜਸਥਾਨ ਯੂਪੀ ਗੁਜਰਾਤ ਆਦਿ ਇਹਨਾਂ ਤੇ ਹੈ ਨਹੀਂ ਕੋਈ ਅਸਰ ਇੱਥੇ ਇੱਥੇ ਜਿਹੜਾ ਹਿੰਦੂਤਵ ਹੈ ਜਾਂ Hindu ਹੋਣ ਦਾ ਮਾਣ ਹੈ ਜਾਂ ਉਹਦਾ ਉਹ ਜਿਹੜਾ ਗਰਭ ਹੈ ਉਹ ਥੋੜਾ ਬਹੁਤਾ ਥੱਲੇ ਤੱਕ ਚਲਾ ਗਿਆ ਜੀ ਤੇ ਕੁਝ ਸਕੀਮਾਂ ਜਿਹੜੀਆਂ ਇਹਨਾਂ ਦੀਆਂ ਆਟਾ ਦਾਲ ਵਾਲੀਆਂ ਉਹ ਵੀ ਕਾਫੀ ਕੰਮ ਕਰਦੀਆਂ ਜੀ ਇਸ ਕਰਕੇ ਉਹ ਉਹਦਾ ਉਹਦਾ ਜਿਹੜਾ ਸੁਭਾਅ ਹੈ ਮિજાਜ ਹੈ ਬਿਲਕੁਲ ਇਹਨਾਂ ਹਿੰਦੀ ਸਟੇਟਾਂ ਨਾਲ ਬਿਲਕੁਲ ਵੱਖਰਾ ਹੈ ਜੀ ਜੀ ਸੋ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹੁਣਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਬਹੁਤ ਹੀ ਜਿਹੜੇ ਸਵਾਲ ਤਰ ਦੇ ਤਰ ਦੇ ਸਵਾਲ ਸੀ ਉਹਨਾਂ ਦੇ ਜਵਾਬ ਆਪਾਂ ਨੂੰ ਮਿਲੇ ਨੇ ਬਹੁਤ ਹੀ ਸਟੀਕ ਉਹਨਾਂ ਨੇ ਜਵਾਬ ਦਿੱਤੇ ਨੇ ਆਪਣੇ ਇੱਕ ਤਜਰਬੇ ਦੇ ਵਿੱਚ ਉਹਨਾਂ ਨੇ ਜਵਾਬ ਦਿੱਤੇ ਨੇ ਸਿਆਸੀ ਜਿਹੜੀ ਮਾਹਿਰਾਂ ਦੀ ਇੱਕ ਕਾਬਲੀਅਤ ਹੁੰਦੀ ਹੈ ਉਸ ਦੇ ਆਧਾਰ ਤੇ ਆਪਾਂ ਨੂੰ ਜਵਾਬ ਮਿਲੇ ਨੇ ਤੇ ਸਭ ਤੋਂ ਅਹਿਮ ਗੱਲ ਪੰਜਾਬ ਦੇ ਲਈ ਹੈ ਕਿ ਕੀ ਇਹਨਾਂ ਚੋਣ ਨਤੀਜਿਆਂ ਦਾ ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਤੇ ਆਫਰ ਪੰਜਾਬ ਚ ਨਗਰ ਨਿਗਮ ਜਾਂ ਫਿਰ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਨਾਂ ਤੇ ਕਿੰਨਾ ਕੁ ਅਸਰ ਪਵੇਗਾ ਜਸਪਾਲ ਸਿੰਘ ਸਿੱਧੂ ਹੁਣਾਂ ਦੇ ਦੱਸਣ ਦੇ ਮੁਤਾਬਿਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੱਡਾ ਚੈਲੰਜ ਹੈ ਕਿਉਂਕਿ ਬਾਕੀ ਜਿਹੜੇ ਚਾਰ ਸੂਬਿਆਂ ਦੇ ਵਿੱਚ ਚਾਰ ਤੋਂ ਬਾਅਦ ਪੰਜਵੇਂ ਮਿਜ਼ੋਰਮ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਵੋਟ ਫਿਸਦਾ ਜਿਹੜਾ ਉਹ ਨੋਟਾਂ ਤੋਂ ਵੀ ਘਟ ਗਿਆ ਹੈ ਸੋ ਆਮ ਆਦਮੀ ਪਾਰਟੀ ਦੇ ਲਈ ਆਉਂਦੀ ਜੜੀ ਜੰਗ ਹੈ ਉਹ ਸੌਖੀ ਨਹੀਂ ਹੈ ਬੀਜੇਪੀ ਲਈ ਵੀ ਪੰਜਾਬ ਦੇ ਵਿੱਚ ਤਾਂ ਸੌਖਾ ਨਹੀਂ ਹੈ ਪਰ ਉਹਨਾਂ ਨੇ ਅਕਾਲੀ ਦਲ ਤੇ ਬੀਜੇਪੀ ਦੇ ਮੋੜ ਤੋਂ ਗੱਠ ਜੋੜ ਦੇ ਸੰਕੇਤ ਬਹੁਤ ਹੀ ਜਿਹੜਾ ਆਪਾਂ ਕਹਿ ਸਕਦੇ ਕਿ ਕੌਨਫੀਡੈਂਸ ਦੇ ਨਾਲ ਦਿੱਤੇ ਨੇ ਕਾਂਗਰਸ ਦਾ ਉਭਾਰ ਵੀ ਹੋ ਸਕਦਾ ਹੈ ਪਰ ਹਾਲ ਦੀ ਘੜੀ ਤਾਂ ਕਾਂਗਰਸ ਦਾ ਜੋਸ਼ ਬਿਲਕੁਲ ਹੀ ਠੰਡਾ ਪੈ ਗਿਆ ਦਿਖਾਈ ਦਿੰਦਾ ਹੈ ਪਰਸੋਂ ਵਾਲੀ ਮੀਟਿੰਗ ਦੇ ਵਿੱਚ ਇੰਡੀਆ ਗੱਠ ਜੋੜ ਕੀ ਕੱਢ ਕੇ ਲਿਆਊਗਾ ਇਹ ਤਾਂ ਪਤਾ ਨਹੀਂ ਪਰ ਇਸ ਵਕਤ ਬੀਜੇਪੀ ਪੂਰੀ ਤਰ੍ਹਾਂ ਦੇ ਨਾਲ ਜਸ਼ਨਾਂ ਦੇ ਵਿੱਚ ਹੈ ਕਿਉਂਕਿ ਜਿੱਤ ਬਹੁਤ ਵੱਡੀ ਹੋਈ ਹੈ ਮੱਧ ਪ੍ਰਦੇਸ਼ ਵਾਲੀ ਜਿੱਤ ਤੋਂ ਲੋਕ ਸੱਚਮੁੱਚ ਹੈਰਾਨ ਨੇ ਕਿ ਉੱਥੇ ਐਨੀ ਵਾਰੀ ਬੀਜੇਪੀ ਰਿਪੀਟ ਕਰ ਗਈ ਹੈ ਆਖਿਰਕਾਰ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਬੀਜੇਪੀ ਇਹੋ ਜਿਹਾ ਕੀ ਦਿੰਦੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਹੋਰ ਕੋਈ ਪਸੰਦ ਹੀ ਨਹੀਂ ਆਉਂਦਾ ਖਾਲਸ ਪ੍ਰਾਈਮ ਸਟੋਰੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ